ਸਤਿ ਸ਼੍ਰੀ ਅਕਾਲ ਜੀ, ਇੱਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਨਾਲ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅਤੇ ਅੱਜ ਚੱਲੇ ਹਾਂ ਆਪਾਂ, ਜਿਹੜੀ ਆਪਾਂ ਸ਼ੱਕਰ ਬਣਵਾਈ ਸੀਗੀ, ਗੁੜ ਸ਼ੱਕਰ, ਉਹਦੀ ਡਿਲੀਵਰੀ ਦੇਣੇ ਚੱਲੇ ਹਾਂ ਮੈਂ ਅੱਜ। ਆਪਣੇ ਹੁਣ ਸਾਰੀ ਉੱਦਾਂ ਵਿਕੀ ਹੋਈ ਆ ਸ਼ੱਕਰ, ਵੀ ਘਰ ਪਈ ਆ, ਫਿਰ ਐਂ ਹੁੰਦਾ ਵੀ ਆਪਾਂ ਨੂੰ ਸਾਂਭ ਸੰਭਾਲ ਕਰਨੀ ਪੈ ਰਹੀ ਆ, ਉਹਦੀ ਤਾਂ ਕਰਕੇ ਆਪਾਂ ਦੇ ਦਈਏ। ਚੱਲਦਾ ਹੁਣ ਮੈਂ ਤੁਹਾਨੂੰ ਦਿਖਾਉਣਾ, ਗੱਡੀ 'ਚ ਸਮਾਨ ਰੱਖ ਰੱਖਿਆ ਮੈਂ, ਅਰਬਨ ਸਟੇਟ ਜਾਣਾ ਫੁੱਫੜ ਜੀ ਉਹਨਾਂ ਕੋਲ, ਅਤੇ ਫੁੱਫੜ ਜੀ ਦੇ ਫਰੈਂਡ ਨੂੰ ਦੇਣੀ ਆ ਕੁਛ, ਫੁੱਫੜ ਜੀ ਉਹਨਾਂ ਦੀ ਦੀਦੀ ਉਹਨਾਂ ਦੀ ਆ, ਇੱਦਾਂ ਕਰਕੇ ਪਈ ਆ। ਕੁਛ ਆਪਣੇ ਕੋਲ ਰਹਿ ਗਈ, ਉਹ ਫਿਰ ਇੱਕ ਦੋ ਦਿਨ ਨੂੰ ਦੇਖਦੇ ਹਾਂ, ਜਾਂਦੇ ਬਹਾਦਰਗੜ੍ਹ ਵੀ ਦੇਣੀ ਆ ਇੱਕ ਬਾਈ ਨੂੰ। ਚੱਲਦੇ ਹਾਂ ਹੁਣ ਆਪਾਂ, ਮਿਲਦੇ ਹਾਂ ਤੁਹਾਨੂੰ ਚਾਰ ਰਸਤੇ 'ਚ। ਆਹ ਦੇਖੋ ਪੱਲੀ ਥੱਲੇ ਪਈ ਆ ਕੁਛ, ਹੁਣ ਜਿਹੜੀ ਰਹਿ ਗਈ ਰਿਸ਼ਤੇਦਾਰਾਂ ਦੀ ਰਹਿੰਦੀ ਆ ਥੋੜ੍ਹੀ ਬਹੁਤੀ ਬਸ, ਬਾਕੀ ਤਾਂ ਸਾਰੀ ਸੇਲ ਹੋ ਗਈ ਸੀ ਔਰਗੈਨਿਕ ਸ਼ੱਕਰ ਆਪਣੀ। ਅਤੇ ਹੁਣ ਮੈਂ ਚੱਲਦਾ ਦਿਖਾਉਣਾ ਤੁਹਾਨੂੰ, ਗੱਡੀ ਕਰਤੀ ਮੈਂ ਸਟਾਰਟ। ਅੱਜ ਥੋੜ੍ਹੀ ਜਿਹੀ ਠੰਡ ਜੀ ਘਟੀ ਆ, ਧੁੱਪ ਨਿਕਲੀ ਆ, ਅੱਜ ਇੱਕ ਹੋਰ ਕੰਮ ਹੋ ਗਿਆ ਮੈਨੂੰ, ਰਾਤ ਸੁੱਕਣਾ ਜਾ ਰਿਹਾ ਸੀ ਜਿਵੇਂ ਨਾ ਗੱਡੀ ਲੱਗ ਗਈ ਸਾਈਡ ਤੋਂ। ਮੈਂ ਮੰਮੀ ਨੂੰ ਬੈਠਾ ਚੁੱਲ੍ਹੇ 'ਤੇ, ਰੋਟੀ ਖਾਣ ਦੀ ਤਿਆਰੀ 'ਚ ਸੀ, ਮੈਂ ਮੰਮੀ ਨੂੰ ਕਹਿੰਦਾ ਮੰਮੀ ਮੈਨੂੰ ਸੁੱਕਣਾ ਆਇਆ ਕਰਕੇ ਆਇਆ ਹੋਇਆ। ਮੰਮੀ ਕਹਿੰਦੇ ਗੱਡੀ ਤਾਂ ਸੱਚੀ ਲੱਗ ਗਈ, ਆ ਡੈਡੀ ਤੋਂ ਲੱਗ ਗਈ ਉਰੇ ਬਾਹਰ ਕੱਢਦੇ ਬਈ। ਆਹੀ ਮੈਨੂੰ ਸੁਪਨੇ 'ਚ ਇੱਦਾਂ ਹੀ ਦਿਖ ਰਿਹਾ ਵੀ ਆਹ ਉੱਪਰ ਤੱਕ ਮਰਗਾਟ ਇਕੱਠਾ ਹੋ ਗਿਆ, ਆਹ ਇੱਥੇ ਲੱਗ ਗਈ, ਉਹ ਗਮਲਾ ਭੰਤਾ ਗਮਲੇ 'ਚ ਲੱਗ ਗਈ ਗੱਡੀ, ਗੱਲ ਸੱਚ ਹੋ ਗਈ ਸੁਪਨਾ। ਮੰਮੀ ਹੁਣ ਮੈਨੂੰ ਕਹਿ ਰਹੇ ਕਹਿੰਦੇ ਧਿਆਨ ਨਾਲ ਕਹਿੰਦੇ, ਆਪਾਂ ਚੱਲੇ ਹੁਣ ਸ਼ੱਕਰ ਦੀ ਡਿਲੀਵਰੀ ਦੇਣਾ ਪਈ ਵਿੱਚ, ਪਿੱਛੇ ਡਿੱਗੀ 'ਚ ਪਈ ਆ ਕੁਛ। ਆ ਭਈਆ ਅੱਡ ਅੱਡ ਜਗ੍ਹਾ 'ਤੇ ਰੱਖੀ ਹੋਈ ਆ। ਚਲੋ ਜੀ ਚੱਲੀਏ ਹੁਣ ਆਪਾਂ ਲੈ ਕੇ ਬਾਬੇ ਤੁਹਾਨੂੰ। ਚੱਲਦਾ ਹੁਣ ਮੈਂ, ਮੈਨੂੰ ਅਫਸੋਸ ਬਹੁਤ ਹੋਇਆ ਵੈਸੇ ਗੱਡੀ ਦਾ, ਕਿਉਂਕਿ ਸਾਫ਼ ਮੈਨੂੰ ਵੀ ਪਸੰਦ ਆ ਵੀ ਗੱਡੀ ਚੀਜ਼ ਸਾਫ਼ ਰੱਖਣ ਦਾ, ਉੱਦਾਂ ਭਾਵੇਂ ਕੱਪੜਾ ਘੱਟ ਮਾਰੀ ਦਾ ਪਰ ਐਂ ਹੁੰਦਾ ਵੀ ਕਿਤੋਂ ਲੱਗੀ ਵੱਜੀ ਨਾ ਹੋਵੇ, ਸਾਫ਼ ਸੁਥਰੀ ਜ਼ਿਆਦਾ ਸੋਹਣੀ ਲੱਗਦੀ ਆ, ਹਰੇਕ ਨੂੰ ਅਗਲਾ ਕਹਿੰਦਾ ਵੀ ਚੀਜ਼ ਰੱਖੀ ਆ। ਦੇਖਦੇ ਹਾਂ ਹੁਣ ਕਰਾਉਂਦੇ ਇਹਦੀ ਸੈਟਿੰਗ, ਇਹ ਤਾਂ ਇੱਦਾਂ ਦਾ ਬੁਰਾ ਲੱਗੂਗਾ ਕੰਮ, ਵਾਧਾ ਵਾਧਾ ਜ਼ਿਆਦਾ ਹੋਈ ਜਾਂਦਾ ਫਿਰ। ਚੱਲਦੇ ਹਾਂ ਹੁਣ ਆਪਾਂ, ਰਾਹ 'ਚ ਨਿੰਮੇ ਨੂੰ ਵੀ ਮਿਲਣਾ ਬਾਈ ਨੂੰ, ਆਉਂਦਾ ਮੁੱਫਲੀਆਂ ਜੱਬਦਾ। ਬੜੇ ਟਾਈਮ ਬਾਅਦ ਦੁਬਾਰਾ ਚੱਕ ਲਿਆ ਆਪਾਂ ਹਥਿਆਰ, ਕਰਦੇ ਕੰਮ ਸ਼ੁਰੂ ਕਰ ਲਿਆ। ਮੈਂ ਕੱਲ ਸੋਚਿਆ ਯਾਰ ਮੈਂ ਵਧੀਆ ਚੱਲਣ ਲੱਗਾ, ਤੂੰ ਕਾਹਦੇ ਬੰਦ ਕਰਤਾ ਵਿਹਲੇ, ਹੁਣ ਆਪਾਂ ਵਿਹਲੇ ਹੋ ਗਏ ਨਾ, ਮੈਨੂੰ ਦੋ ਤਿੰਨ ਮੁੰਡੇ ਨੇ ਪੁੱਛਿਆ ਦੁਬਾਰਾ ਚੱਕਿਆ ਹਥਿਆਰ, ਤਾਂ ਕਾਲੀ ਜੂਣੇ ਮਾਡਲ ਹੀ ਬੰਨ ਰੱਖੇ ਪੱਗ ਵੀ, ਬਾਹਰ ਲਿਆਂਦਾ ਅਸਰ ਆ ਬਾਈ, ਦੇਖ ਮੁੰਡਿਆਂ ਨੇ ਸਾਰੀ ਲੁੱਕੇ ਬਦਲਤੀ ਯਾਰ, ਮੇਰੀ ਬਦਲ ਲੁੱਕ ਬਣੀ ਮੁੱਕੀ, ਲੁੱਕ ਬਦਲਣੀ ਨਾਲੇ ਰਹਿਣਾ ਪਊਗਾ ਘਰ ਤੇ ਫਰਾਰ ਘਰ ਤੇ, ਇੱਥੇ ਤਾਂ ਹੀ ਇੰਨੇ ਦਿਨ ਦਿਖਿਆ ਨਹੀਂ ਬਾਹਰ ਨਾਲ, ਹਣੀ ਹੋਰ ਲੁੱਕ ਦਾ ਬਹੁਤ ਚੇਂਜ ਹੋ ਗਿਆ ਤੇਰੀ, ਅੱਜ ਵੀ ਉਹ ਲੰਘਿਆ ਵਾ ਸੀ ਹੈਰੀ ਭੈਣ ਉਹਨਾਂ ਕੋਲ ਗਿਆ ਵਾ, ਨਹੀਂ ਤਾਂ ਹੁਣ ਫੇਰ ਲੈ ਜਾਣਾ ਸੀ ਉਹਨੇ ਕਿਤੇ ਨਾ ਕਿਤੇ, ਲੋਕ ਵੀ ਸੋਚਦੇ ਹੁਣ ਨਿੰਮੇ ਹਰਮਨ ਵੀਰ ਦੀ ਲੜਾਈ ਪੈ ਗਈ ਹਣੀ, ਸਹੀ ਗੱਲ ਵੀ ਹੁਣ ਕਹਿੰਦੇ ਇਕੱਠੇ, ਸਹੀ ਗੱਲ ਆ ਬਾਈ, ਸਹੀ ਆ ਸੋਚਦਾ ਬੰਦਾ ਸੋਚਣ 'ਚ ਇਹ ਗੱਲ ਆ ਜਾਂਦੀ ਆ। ਅੱਜ ਮੈਂ ਡਿਲੀਵਰੀ ਦੇਣ ਚੱਲਿਆ ਸਮਾਨ ਦੀ, ਅੱਛਾ ਸ਼ੱਕਰੇ ਸ਼ੱਕਰ ਪਈ ਆ ਗੱਡੀ 'ਚ, ਚੱਲ ਬੰਦੇ ਗੱਲ ਮੈਂ ਪਹੁੰਚਾ ਦਈਏ ਕਾਹਨੂੰ ਆਪਾਂ ਸਾਹਮਣੇ ਗਏ ਵਾਂ, ਹੈਂਡਲੂਣ ਦੇ ਬਚਾਓ ਆ ਕਿਰਪਾ ਪੂਰੀ, ਕੱਪੜੇ ਪੂਰੇ ਲਾ ਸਕਦੀ ਆ ਮੈਚਿੰਗ ਪੂਰੀ, ਹਲੇ ਆ ਮੈਂ ਲੋਅਰ ਅੱਜ ਦੂਈ ਪਾ ਲਈ ਨਹੀਂ ਤਾਂ ਬਲੈਕ ਚੱਲ ਰਿਹਾ ਦਾ ਕੰਮ ਆ। ਬਾਈ ਮੈਂ ਪਾਉਂਦਾ ਨੀ ਸਾ ਆਹ ਗੋਲ ਹੈ ਨਾ ਰਾਊਂਡ ਨੈਕ ਜਿਹੀ ਵਾਲੀ, ਮੈਨੂੰ ਆਪਣੇ ਆਪ ਨੂੰ ਉੱਪਰੀਆਂ ਲੱਗਦੀ ਨੇ, ਹੁਣ ਜਿੱਦਣ ਦੀ ਉਹ ਹੈਰੀ ਕਹਿੰਦਾ ਨਹੀਂ ਵੀਰੇ ਪਾਇਆ ਕਰ, ਨਾ ਵਧੀਆ ਲੱਗਦੇ ਨੇ, ਸੋਹਣੀ ਲੱਗਦੇ ਮੈਨੂੰ ਆਪਣੇ ਆਪ ਨੂੰ ਵੀ ਚੰਗੀਆਂ ਲੱਗਣ ਲੱਗ ਗਿਆ, ਲੁੱਕ ਕਾਫੀ ਚੇਂਜ ਲੱਗ ਰਿਹਾ, ਚਲੋ ਲੁੱਕ ਚੇਂਜ ਦੀਆਂ, ਥੈਂਕ ਯੂ। ਇੱਕ ਤਾਂ ਆਪਾਂ ਦੇ ਤੇ 16 ਕਿਲੋ ਦਾ ਲਿਫਾਫਾ ਇੱਥੇ ਪਿਆ ਸੀ ਜਿਹੜਾ, ਇਹਨਾਂ ਨੂੰ ਦੇਣਾ ਤਾਂ ਪਾਈਆਂ ਨੂੰ, ਹੁਣ ਚੱਲਦੇ ਹਾਂ ਅਰਬਨ ਸਟੇਟ। ਸੋਨੀ ਆਏ ਪਏ ਨੇ, ਆਹੀ ਆਪਣਾ ਭੂਆ ਦਾ ਮੁੰਡਾ ਬਾਹਰੋਂ ਆਇਆ ਪਿਆ, ਥਾਰ ਲਈ ਇਹਨਾਂ ਨੇ, ਉਹ ਖੜੀ ਆ ਉੱਧਰ। ਹੁਣ ਮੈਂ ਚੱਲਿਆ ਆਪਣਾ ਸਟੇਟ, ਮਿਲਦੇ ਉੱਥੇ ਜਾ ਕੇ ਭੂਆ ਜੀ ਉਹਨਾਂ ਕੋਲ, ਉੱਥੋਂ ਹੀ ਹੁਣ ਸਾਰੇ ਪਾਸੇ ਦੇ ਦੇਣਾ ਆਪਾਂ ਸਮਾਨ ਜਿਹੜਾ ਦੇਣ ਵਾਲਾ ਆਪਣਾ। ਲਓ ਜੀ ਬਾਈ ਜੀ ਮੈਂ ਪਹੁੰਚ ਗਿਆ ਅਰਬਨ ਸਟੇਟ, ਹੁਣ ਦੇਖਦੇ ਹਾਂ ਬਾਈ ਕਦੋਂ ਆਉਂਦਾ। ਗੁਰਦੀਪ ਬਾਈ ਉਹਨਾਂ ਨੂੰ ਦੇਣੀ ਆਪਾਂ ਸ਼ੱਕਰ, ਅਤੇ ਭੈਣ ਉਹਨਾਂ ਹੈ ਨਹੀਂ ਸੀ ਪਿੱਛੇ, ਕੁਛ ਉਹਨਾਂ ਨੂੰ ਦੇਣੀ ਆ, ਕੁਛ ਇੱਧਰ ਭੂਆ ਜੀ ਉਹਨਾਂ ਦੀ ਵੀ ਆ। ਪਹੁੰਚ ਗਏ ਆਪਾਂ ਘਰ, ਮਿਲਦੇ ਅੰਦਰ ਜਾ ਕੇ, ਮੁੰਡੇ ਦਾ ਮਿਲਣਾ ਬਹਾਦਰਗੜ੍ਹੇ ਸੀ, ਉੱਥੇ ਮੈਂ ਗੱਡੀ ਦੇਖੀ ਆਧਾਰ ਖੜ੍ਹੀ ਸੀ।
ठीक है जी, ओके चलते हैं। अज बेलपुरी पर मेरी होती दाने दाने पर खाने वाले, मौके दे छापा मारता मैं। वाह, हुण उन्हां दी शक्कर तुसीं आ संभाल दिओ, तुहाडे कोले पहुंच गई। ठीक है ठीक है, चल कोई नहीं। वाह, मैं भाजी उन्हां दी दे के चलदा जी, फिर मैं पिंड मेरा चल लिया। अज मैं वो कम सी भी डिलीवरी बॉय बन अपनी जिम्मेवारी खत्म हो जाती है। अज भी चनो चुनो दे आऊंगा अगले संडे बाकी गल। ओके जी, ठीक है। ਹਾਂਜੀ ਭਾਜੀ, ਆ ਜਾਓ ਫਿਰ, ਜ਼ਿਆਦਾ ਜੋਤ ਨੂੰ ਭੇਜ ਦੋ ਜੀ, ਦੋ ਲਫਾਫਿਆਂ ਜਗਾਂ ਮਾ। ਹਾਂ ਜੀ, ਓਕੇ ਓਕੇ ਓਕੇ। ਭਾਜੀ ਉਹਨਾਂ ਦੀ ਦਈਏ ਸ਼ੱਕਰ, ਫਿਰ ਆਪਾਂ ਚੱਲਦੇ ਹਾਂ ਪਿੰਡ ਨੂੰ। ਹਨੇਰਾ ਹੋ ਗਿਆ ਹੁਣ ਤਾਂ, ਠੰਡ ਬਾਹਲੀ ਹੋਈ ਪਈ ਆ। ਲਓ ਜੀ ਭਾਜੀ ਉਹਨਾਂ ਕੋਲ ਆਪਾਂ ਚੱਲਦੇ ਹਾਂ ਹੁਣ ਘਰ ਨੂੰ, ਸ਼ੱਕਰ ਦੇ ਦਿੱਤੀ ਇੱਥੇ ਵੀ। ਨਿਕਲਿਆ ਹੁਣ ਅਰਬਨ ਸਟੇਟ ਚੋਂ, ਟਾਈਮ ਹੋ ਗਿਆ 7:30, 10 ਮਿੰਟ ਰਹਿ ਗਏ 7:30 ਹੋਣ 'ਚ। ਕਾਫੀ ਟਾਈਮ ਹੋ ਗਿਆ ਮੈਨੂੰ ਆਏ ਨੂੰ ਘਰੋਂ। ਮੈਂ ਪਹੁੰਚ ਗਿਆ ਬਾਈ ਘਰ, ਅਤੇ ਸਮਾਨ ਜਿਹੜਾ ਦੇਣਾ ਸੀ ਸਾਰਾ ਦੇ ਤਾ। ਥੋੜ੍ਹਾ ਜਿਹਾ ਨਿੰਮੇ ਬਾਈ ਨਾਲ ਵੀ ਜਾਂਦੇ, ਜਿਹੜਾ ਕੰਮ ਸੀਗਾ ਉਹਨਾਂ ਬਾਈ ਨੂੰ ਮਿਲ ਲਿਆ ਮੈਂ। ਅਤੇ ਹੁਣ ਟਾਈਮ 7:30 ਮੈਨੂੰ ਅਰਬਨ ਸਟੇਟ ਹੋਏ ਸੀਗੇ, ਹੁਣ ਟਾਈਮ ਕੁਛ ਜ਼ਿਆਦਾ ਨਹੀਂ ਹੋਇਆ, 7:40 ਹੋਏ ਨੇ, 7:40 'ਤੇ ਘਰ ਆ ਗਿਆ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ।